ਬਿਲਕੁਲ ਗੌਰਵ ਹੁਣ ਸਟ੍ਰੈਚਰ ਜਿਹੜਾ ਹੈ ਉਹ ਮੰਗਾ ਲਿਆ ਗਿਆ ਹੁਣ ਗੈਂਗਸਟਰ ਨੂੰ ਉਠਾ ਕੇ ਹੁਣ ਸਟ੍ਰੈਚਰ 'ਚ ਪਾ ਕੇ ਹੁਣ ਐਂਬੂਲੈਂਸ 'ਚ ਲੈ ਕੇ ਆਇਆ ਜਾ ਰਹਾ ਔਰ ਤਸਵੀਰਾਂ ਤੁਸੀਂ ਐਕਸਕਲੂਸਿਵ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਹੁਣ ਇਸ ਨੂੰ ਹਸਪੀਟਲ ਲੈ ਕੇ ਇਹਦਾ ਟ੍ਰੀਟਮੈਂਟ ਵਾਸਤੇ ਲੈ ਕੇ ਜਾਇਆ ਜਾ ਰਹਾ ਤਸਵੀਰਾਂ ਸਿਰਫ ਔਰ ਸਿਰਫ ਨਿਊਜ਼ 18 ਤੇ ਤੁਸੀਂ ਵੇਖ ਰਹੇ ਹੋ ਕਿ ਇਹ ਪੂਰਾ ਆਪਰੇਸ਼ਨ ਕਿਸ ਤਰ੍ਹਾਂ ਹੋਇਆ ਇਸ ਪੂਰੇ ਆਪਰੇਸ਼ਨ ਨੂੰ ਪੁਲਿਸ ਵੱਲੋਂ ਕਿਸ ਤਰ੍ਹਾਂ ਅੰਜਾਮ ਦਿੱਤਾ ਗਿਆ ਔਰ ਸੀਨੀਅਰ ਅਫਸਰ ਵੀ ਮੌਕੇ ਤੇ ਮੌਜੂਦ ਨੇ ਹੁਣ ਸਟ੍ਰੈਚਰ ਲੈ ਕੇ ਆਇਆ ਗਿਆ ਹੈ ਸਟ੍ਰੈਚਰ ਲਾ ਹਾਲਕੀ ਉਹਦੇ ਪੈਰ ਤੇ ਗੋਲੀ ਵੱਜੀ ਹੈ ਤੇ ਹੁਣ ਚੱਕ ਕੇ ਉਸ ਨੂੰ ਸਟ੍ਰੈਚਰ ਤੇ ਪਾਇਆ ਜਾ ਰਿਹਾ ਤਸਵੀਰਾਂ ਤੁਸੀਂ ਵੇਖੋ ਕਿ ਹੁਣ ਐਂਬੂਲੈਂਸ ਚ ਲਾ ਕੇ ਲੇਕਿਨ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਬਹੁਤ ਅਹਿਮ ਹੈ ਗੌਰਵ ਕਿਉਂਕਿ ਇਹ ਪੂਰਾ ਜਿਹੜਾ ਆਪਰੇਸ਼ਨ ਹੋਇਆ ਇਹ ਪੂਰਾ ਖਾਲੀ ਏਰੀਆ ਹੈ ਜਦ ਪੁਲਿਸ ਨੂੰ ਇਨਫੋਰਮੇਸ਼ਨ ਸੀ ਕਿ ਕੱਲ ਰਾਤ ਨੂੰ ਦੋ ਵੱਡੀ ਵਾਰਦਾਤਾਂ ਨੂੰ ਅੰਜਾਮ ਦੇ ਕੇ ਭਜਿਆ ਸੀਗਾ ਇਹ ਕਿੱਥੇ ਲੁਕਿਆ ਹੋਇਆ ਸੀਗਾ ਇਸੀ ਏਰੀਆ ਦੇ ਵਿੱਚ ਲੁਕਿਆ ਹੋਇਆ ਸੀ ਔਰ ਪੁਲਿਸ ਨੂੰ ਲਗਾਤਾਰ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੀ ਬਦਲਨਾਲੀ ਦੇ ਵਿੱਚ ਕੰਮ ਕਰ ਰਹੀ ਸੀ ਦੇਖੋ ਗੌਰਵ ਇਹ ਪਟਿਆਲਾ ਡਿਸਟ੍ਰਿਕਟ ਚ ਪੈਂਦਾ ਹੁਣ ਉਸ ਨੂੰ ਲਾ ਕੇ ਸਟੈਚਰ ਚ ਪਾਇਆ ਜਾ ਰਹਾ ਤਸਵੀਰਾਂ ਤੁਸੀਂ ਵੇਖੋ ਇਹ ਪਟਿਆਲਾ ਡਿਸਟ੍ਰਿਕਟ ਚ ਪੈਂਦਾ ਹਨ ਉਸ ਨੂੰ ਸਟੈਚਰ ਤੇ ਪਾਇਆ ਜਾ ਰਹਾ ਤਸਵੀਰਾਂ ਇਹ ਚਿਲਾ ਚਿਲਾਂਦਾ ਨਜ਼ਰ ਆ ਰਿਹਾ ਚੀਖਾ ਮਾਰਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਉਹਨੂੰ ਸਟੈਚਰ ਪਾਲਿਆ ਇਹ ਤੁਹਾਨੂੰ ਦੱਸ ਦਈਏ ਕਿ ਇਹ ਪਟਿਆਲਾ ਡਿਸਟ੍ਰਿਕਟ ਚ ਪੈਂਦਾ ਹੈ ਇਹ ਕਨਫਰਮ ਕਰ ਦਈਏ ਮੋਹਾਲੀ ਚ ਨਹੀਂ ਪਟਿਆਲਾ ਡਿਸਟ੍ਰਿਕਟ ਚ ਪੈਂਦਾ ਕਿਉਂਕਿ ਇਹਦੇ ਵਿੱਚ ਐਸ ਐਚਓ ਬਨੂੜ ਐਸ ਐਚਓ ਰਾਜਪੁਰਾ ਤੇ ਅੰਡਰ ਦਾ ਸੁਪਰਵੀਜ਼ਨ ਆਫ ਡੀਐਸਪੀ ਜਿਹੜੇ ਵਿਕਰਮ ਬਰਾੜਾ ਹੈ ਉਹਨਾਂ ਦੇ ਸੁਪਰਵੀਜ਼ਨ ਦੇ ਵਿੱਚ ਇਹ ਪੂਰਾ ਆਪਰੇਸ਼ਨ ਕੀਤਾ ਗਿਆ ਕਿਉਂਕਿ ਕੱਲ ਰਾਤ ਨੂੰ ਜਿਹੜੀ ਦੋ ਵੱਡੀ ਵਾਰਦਾਤਾ ਹੋਈ ਹੈ ਉਹਦੇ ਵਿੱਚ ਇਸੇ ਨੇ ਹਾਲਾਂਕਿ ਹੁਣ ਇਸ ਨੂੰ ਚੱਕ ਕੇ ਪੂਰਾ ਹਸਪਤਾਲ ਲੈ ਕੇ ਜਾਇਆ ਜਾਏਗਾ ਔਰ ਚੱਕੇ ਹੁਣ ਲੈ ਕੇ ਆਇਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਵੇਖੋ ਸਿੱਧੀ ਤਸਵੀਰਾਂ ਤੁਸੀਂ ਵੇਖ ਰਹੇ ਹੋ ਨਿਊਜ਼ 18 ਤੇ ਕਿ ਕਿਸ ਤਰ੍ਹਾਂ ਇਸ ਪੂਰੇ ਆਪਰੇਸ਼ਨ ਨੂੰ ਅੰਜਾਮ ਦੇਣ ਤੋਂ ਬਾਅਦ ਇਹਦੇ ਪੈਰ ਤੇ ਗੋਲੀ ਵੱਜੀ ਹੈ ਔਰ ਇਸ ਤੋਂ ਬਾਅਦ ਉਸ ਨੂੰ ਟ੍ਰੀਟਮੈਂਟ ਵਾਸਤੇ ਹਸਪਤਾਲ ਲੈ ਕੇ ਜਾਇਆ ਜਾ ਰਿਹਾ ਹੈ ਹਸਪਤਾਲ ਲੈ ਕੇ ਔਰ ਇਸ ਤੋਂ ਬਾਅਦ ਇਹਨੂੰ ਪੁੱਛ ਕੇ ਜਿਹੜੀ ਆ ਉਹ ਕੀਤੀ ਜਾਏਗੀ ਔਰ ਪੁੱਛ ਕੇ ਇਸ ਤੋਂ ਬਾਅਦ ਖੁਲਾਸੇ ਹੋਣਗੇ ਗੌਰਵ ਕਿ ਆਖਿਰ ਇਹਦੀ ਪੂਰੀ ਮਨਸ਼ਾ ਕੀ ਸੀ ਕਿਸ ਤਰ੍ਹਾਂ ਇਸ ਪੂਰੀ ਵਾਰਦਾਤ ਨੂੰ ਇਹਨੇ ਅੰਜਾਮ ਦੇਣਾ ਸੀਗਾ ਕੌਣ-ਕੌਣ ਇਹਦੇ ਨਾਲ ਸੀ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਜਿਹੜਾ ਉਹ ਪੂਰਾ ਇਹਦੇ ਵਿੱਚ ਇਹਨੇ ਪੂਰਾ ਜਿਹੜਾ ਹੈਗਾ ਇਸ ਕਰਨਾ ਸੀਗਾ ਹਾਲਾਂਕਿ ਤਸਵੀਰਾਂ ਹੁਣ ਤੁਸੀਂ ਵੇਖੋ ਕਿ ਇਸਨੂੰ ਹੁਣ ਲੈ ਕੇ ਹਸਪੀਟਲ ਲੈ ਕੇ ਜਿਹੜਾ ਹੈਗਾ ਸਟ੍ਰੈਚਰ ਤੇ ਲਾ ਕੇ ਹੁਣ ਇਸ ਹਸਪੀਟਲ ਲੈ ਕੇ ਇਸਨੂੰ ਜਾਇਆ ਜਾਏਗਾ ਔਰ ਇਹ ਪਟਿਆਲਾ ਡਿਸਟ੍ਰਿਕਟ ਚ ਪੈਂਦਾ ਹੈ ਰਾਜਪੂਰਾ ਐਸਐਚਓ ਰਾਜਪੁਰਾ ਐਸਐਚਓ ਬਨੂੜ ਇਹ ਸਾਰੇ ਜਿਹੜੇ ਹੈਗੇ ਐਸਐਚਓ ਰ ਏਰੀਆ ਦੇ ਜਿਹੜੇ ਆਫੀਸਰਸ ਨੇ ਇਹਨਾਂ ਵੱਲੋਂ ਇਸ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਇਹਦੇ ਵਿੱਚ ਇਸ ਆਪਰੇਸ਼ਨ ਦੇ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਹੁਣ ਪੁਚਕਿਚ ਹੋਈ ਹੈ ਔਰ ਪੁਚਕਿਚ ਦੇ ਵਿੱਚ ਕਈ ਖੁਲਾਸੇ ਜਿਹੜੇ ਆ ਉਹ ਹੁੰਦੇ ਨਜ਼ਰ ਆ ਰਹੇ ਨੇ ਗੌਰਵ ਤਸੀਨਾ ਵੀ ਤੁਸੀਂ ਨਾਲ-ਨਾਲ ਦੇਖ ਲਓ ਔਰ ਇਹਦੇ ਵਿੱਚ ਤੁਹਾਨੂੰ ਥੋੜਾ ਜਿਹਾ ਜਾਣਕਾਰੀ ਵੀ ਦੇ ਦਈਏ ਕਿ ਇਹਦੇ ਕੋਲੋਂ ਜਿਹੜਾ ਇਲੀਗਲ ਵੈਪਨ ਹੁਣ ਸਟ੍ਰੈਚਰ ਤੇ ਲੈ ਕੇ ਉਹਨੂੰ ਹਸਪਤਾਲ ਤੇ ਉਸ ਪਾਸੇ ਤੋਂ ਐਂਬੂਲੈਂਸ ਨਾਲ ਲੈ ਕੇ ਆਇਆ ਜਾਏਗਾ ਐਂਬੂਲੈਂਸ ਨਾਲ ਲੈ ਉਸ ਤੋਂ ਬਾਅਦ ਉਸ ਤੋਂ ਪੁੱਛ ਕਿਛੋਏਗੀ ਟ੍ਰੀਟਮੈਂਟ ਕਰਨ ਤੋਂ ਬਾਅਦ ਉਹ ਪੁੱਛ ਕਿਛੋਏਗੀ ਕਿ ਆਖਿਰ ਇਹ ਇਲੀਗਲ ਪਿਸਤਲ ਕਿਥੋਂ ਲੈ ਕੇ ਆਇਆ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਇਹਦੇ ਤੇ ਕ੍ਰਿਮినਲ ਮਾਮਲੇ ਦਰਜ ਨੇ ਉਹ ਲਗਾਤਾਰ ਪੁਲਿਸ ਨੂੰ ਇਹਦੀ ਭਾਲ ਸੀ ਔਰ ਪੁਲਿਸ ਲਗਾਤਾਰ ਇਹਦੇ ਵਿੱਚ ਕੰਮ ਕਰ ਰਹੀ ਸੀ ਲੇਕਿਨ ਕੱਲ ਰਾਤ ਨੂੰ ਜਿਹੜੀ ਵਾਰਦਾਤ ਹੋਈ ਹੈ ਕਿਹੜੀ ਜਿਹੜੀ ਰਾਤ ਨੂੰ ਕੱਲ ਗੋਲੀਬਾਰੀ ਹੋਈ ਹੈ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਟੋਲ ਪਲਾਜ਼ਾ ਦੇ ਲਾਲ ਜਾਂ ਫਿਰ ਇੱਕ ਵੱਡੇ ਦੁਕਾਨਦਾਰ ਤੇ ਉਸ ਤੋਂ ਬਾਅਦ ਪੁਲਿਸ ਹੋਰ ਐਕਟਿਵ ਹੋਈ ਕਿਉਂਕਿ ਇਸਨੇ ਹੋਰ ਵੀ ਵੱਡੀ ਵਾਰਦਾਤਾਂ ਨੂੰ ਅੰਜਾਮ ਦੇਣਾ ਸੀਗਾ ਜਿਹੜੀ ਹੁਣ ਤੱਕ ਦੀ ਗੀ ਸੀ ਔਰ ਉਸ ਤੋਂ ਬਾਅਦ ਕਹਿ ਸਕਦੇ ਹਾਂ ਕਿ ਕਈ ਚੀਜ਼ਾਂ ਨੂੰ ਲੈ ਕੇ ਹਾਲਾਂਕਿ ਹੁਣ ਇਸੇ ਪਾਸੇ ਤੋਂ ਉਸ ਨੂੰ ਲੈ ਕੇ ਆਇਆ ਜਾਏਗਾ ਔਰ ਅਸੀਂ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਕਿਉਂਕਿ ਇਹਦੇ ਵਿੱਚ ਅਹਿਮ ਦੋ ਚੀਜ਼ਾਂ ਨੇ ਹਜੇ ਤੱਕ ਜਿਹੜਾ ਸਸਪੈਂਸ ਬਣਿਆ ਹੋਇਆ ਨਾਮੀ ਗੈਂਗਸਟਰ ਜਿਹੜਾ ਵਿਦੇਸ਼ 'ਚ ਬੈਠਾ ਹੈ ਉਹ ਕੌਣ ਹੈ ਜਿਹਦੇ ਕਹਿਣ ਤੇ ਸਾਰੀ ਐਕਟੀਵਿਟੀਆਂ ਨੂੰ ਕਰ ਰਿਹਾ ਸੀਗਾ ਔਰ ਇਹ ਕਿੱਥੇ-ਕਿੱਥੇ ਪੰਜਾਬ ਦੇ ਵਿੱਚ ਵਾਂਟਡ ਸੀਗਾ ਔਰ ਇਲੀਗਲ ਪਿਸਟਲ ਲੈ ਕੇ ਇਸਨੇ ਕਿਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇਣਾ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰੂਗੀ ਲੇ ਕਿਤਾ ਜਾਏਗਾ ਟ੍ਰੀਟਮੈਂਟ ਕਰਨ ਤੋਂ ਬਾਅਦ ਜਿਹੜਾ ਉਸ ਤੋਂ ਬਾਅਦ ਇਸ ਨੂੰ ਪੁੱਛਗਛ ਹੋਏਗੀ ਔਰ ਇਹਦੇ ਜਿਹੜੇ ਨਾਲ ਦੇ ਸਾਥੀ ਹੈ ਜਾਂ ਹੋਰ ਕੋਈ ਇਨਵੋਲ ਸੀਗਾ ਉਸ ਨੂੰ ਲੈ ਕੇ ਵੀ ਜਿਹੜਾ ਹੈਗਾ ਉਹ ਪੁੱਛਗਛ ਕੀਤੀ ਜਾਏਗੀ ਕਿ ਆਖਿਰ ਇਹ ਕੌਣ ਸੀ ਹਾਲਾਂਕਿ ਏਰੀਆ ਜਿਹੜਾ ਹੈ ਉਹ ਵੀ ਕਾਰਡਨ ਆਫ ਕਰਕੇ ਪੂਰਾ ਸਰਚ ਕੀਤਾ ਜਾ ਰਿਹਾ ਹੈ ਕਿ ਕੋਆਰਡਨ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਨਾਲ ਵਾਲਾ ਜਿਹੜਾ ਹੈ ਜਿੰਨਾ ਵੀ ਖਾਲੀ ਏਰੀਆ ਹੈ ਉਥੇ ਕਿਸੇ ਵੀ ਤਰ੍ਹਾਂ ਦਾ ਕੋਈ ਹੋਰ ਇਹਦਾ ਸਾਥੀ ਤਾਂ ਨਹੀਂ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਹੋਰ ਇਹਦਾ ਜਿਹੜਾ ਇਹਦੇ ਨਾਲ ਸਾਥੀ ਸੀ ਉਹ ਤਾਂ ਨਹੀਂ ਸੀ ਜਾਂ ਫਿਰ ਕੌਣ ਕੌਣ ਇਹਦੀ ਗੈਂਗ 'ਚ ਕੰਮ ਕਰ ਰਹਾ ਹੈ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਕਿ ਆਖਿਰ ਇਹਨਾਂ ਦਾ ਪੂਰਾ ਮਕਸਦ ਕੀ ਸੀ ਕਿਹੜੀ ਗੈਂਗ ਦੇ ਆ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਹਾਲਾਂਕਿ ਇਸ ਤੋਂ ਅੱਗੇ ਆ ਪੁਲਿਸ ਜਿਹੜੀ ਹੈ ਉਹ ਅੱਗੇ ਨਹੀਂ ਜਾਣ ਦੇ ਕਿਸੇ ਨੂੰ ਵੀ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਹੈ ਲੇਕਿਨ ਕੋਸ਼ਿਸ਼ ਅਸੀਂ ਕਰਾਂਗੇ ਕਿ ਪੂਰੀ ਤਸਵੀਰਾਂ ਤੁਹਾਨੂੰ ਤੁਹਾਡੇ ਨਾਲ ਸਾਂਝਾ ਕਰੀਏ ਕਿਉਂਕਿ ਇੱਕ ਅਹਿਮ ਹੋ ਜਾਂਦਾ ਹੈ ਕਿ ਇਸ ਤਰ੍ਹਾਂ ਦਾ ਆਪਰੇਸ਼ਨ ਹੋ ਰਿਹਾ ਇਸ ਤਰ੍ਹਾਂ ਦੀ ਦਿਲ ਰਾਤ ਦੋ ਵੱਡੀ ਵਾਰਦਾਤਾਂ ਨੂੰ ਅੰਜਾਮ ਦੇ ਕੇ ਉੱਥੋਂ ਫਰਾਰ ਹੋ ਗਿਆ ਤਾਂ ਕਹਿ ਸਕਦੇ ਹਾਂ ਕਿ ਕਈ ਚੀਜ਼ਾਂ ਨੂੰ ਲੈ ਕੇ ਜਿਹੜਾ ਹੈ ਉਹ ਪੁਲਿਸ ਵੱਲੋਂ ਜਾਣਕਾਰੀ ਜਿਹੜੀ ਦਿੱਤੀ ਗਈ ਹੈ ਪੂਰੀ ਸਾਂਝਾ ਕੀਤੀ ਗਈ ਹੈ ਤੇ ਇਹ ਇਸੀ ਐਂਬੂਲੈਂਸ ਦੇ ਵਿੱਚ ਉਸ ਨੂੰ ਲੈ ਕੇ ਤਸਵੀਰਾਂ ਤੁਸੀਂ ਵੇਖੋ ਇਹ 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 ਗੈਂਗਸਟਰਸ ਨੂੰ ਹੁਣ ਆ ਲੈ ਕੇ ਐਂਬੂਲੈਂਸ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਤਸਵੀਰਾਂ ਤੁਸੀਂ ਵੇਖੋ ਕਿ ਇਹ ਪੂਰਾ ਇਸ ਨੂੰ ਲੈ ਕੇ ਹੁਣ ਹਸਪੀਟਲ ਟ੍ਰੀਟਮੈਂਟ ਵਾਸਤੇ ਲੈ ਕੇ ਜਾਇਆ ਜਾ ਰਿਹਾ ਔਰ ਤਸਵੀਰਾਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਵੀ ਕਰਾਂਗੇ ਕਿਉਂਕਿ ਜਿਸ ਤਰ੍ਹਾਂ ਦਾ ਇਹ ਪੂਰਾ ਹੋਇਆ ਹੈ ਹਾਲਾਂਕਿ ਨੀਅਰ ਬਾਏ ਜਿੰਨਾ ਵੀ ਏਰੀਆ ਹੈ ਉੱਥੇ ਵੀ ਪੂਰਾ ਇਹ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਕਿ ਇੱਥੇ ਤਾਂ ਕੋਈ ਹੋਰ ਇਹਦਾ ਕੋਈ ਸਾਥੀ ਤਾਂ ਨਹੀਂ ਹੈ ਕਿਸੇ ਤਰ੍ਹਾਂ ਦੀ ਕੋਈ ਹੋਰ ਨਹੀਂ ਐਂਬੂਲੈਂਸ 'ਚ ਉਹਨੂੰ ਲੈ ਜਾਇਆ ਗਿਆ ਹੁਣ ਸਟੇਜਰ ਲਾ ਕੇ ਉਹਨੂੰ ਗਵਰਨਮੈਂਟ ਹਸਪੀਟਲ ਦੇ ਵਿੱਚ ਟ੍ਰੀਟਮੈਂਟ ਜਿਹੜਾ ਹੈ ਉਹ ਕਰਾਇਆ ਜਾਏਗਾ ਜਿੱਥੇ ਉਹਦੇ ਗੋਲੀ ਵੱਜੀ ਹੈ ਉਹਦਾ ਟ੍ਰੀਟਮੈਂਟ ਕਰਨ ਤੋਂ ਬਾਅਦ ਇਹਦਾ ਪੂਰਾ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਕੀਤੀ ਜਾਏਗੀ ਔਰ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਪੁਛਗਛ ਹੋਏਗੀ ਔਰ ਖੁਲਾਸਾ ਹੋਏਗਾ ਕਿ ਕਿਦੇ ਵਾਸਤੇ ਕੰਮ ਕਰਦਾ ਹੈ ਕਿਦੇ ਕਹਿਣ ਤੇ ਇਹਨੇ ਗੋਲੀਆਂ ਚਲਾਈ ਸੀ ਔਰ ਕਿਸ ਤਰ੍ਹਾਂ ਦੀ ਪੂਰੇ ਸਰਕਮਸਟੈਂਸਿਸ ਹੋਏ ਜਿਸ ਨੂੰ ਲੈ ਕੇ ਹੁਣ ਪੁ ਕਿ ਆਖਿਰ ਪੂਰਾ ਇਹ ਮੈਟਰ ਕੀ ਸੀ ਇਹ ਕਿਸ ਗੈਂਗ ਦੇ ਨਾਲ ਜੁੜਿਆ ਹੋਇਆ ਔਰ ਇਹਦਾ ਮਕਸਦ ਕੀ ਸੀ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਖੌਫ ਜਿਹੜਾ ਹੈ ਉਹ ਪੈਦਾ ਕਰਨਾ ਸੀਗਾ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਗੌਰਵ ਅਜ ਦੇ ਵਿੱਚ ਹੁਣ ਇਨਵੈਸਟੀਗੇਸ਼ਨ ਕਰੂਗੀ ਹਾਲਾਂਕਿ ਇਸ ਤੋਂ ਅੱਗੇ ਜਾਣ ਦੀ ਪਰਮਿਸ਼ਨ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਰਹੀ ਹੈ ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਇਹ ਪੂਰਾ ਆਪਰੇਸ਼ਨ ਹੋਇਆ ਔਰ ਸੀਨੀਅਰ ਅਫਸਰਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਕੇ ਪੂਰਾ ਤੁਹਾਨੂੰ ਜਿਹੜਾ ਹੈਗਾ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਹ ਪੂਰਾ ਏਰੀਆ ਜਿਹੜਾ ਹੈ ਉਹ ਵੀ ਸੀਲ ਕਰ ਦਿੱਤਾ ਗਿਆ ਔਰ ਸਟ੍ਰੀਚਰ ਲਾ ਕੇ ਇਹਨੂੰ ਐਂਬੂਲੈਂਸ ਦੇ ਵਿੱਚ ਲਾ ਦਿੱਤਾ ਗਿਆ ਹੁਣ ਇਸ ਨੂੰ ਲੈ ਕੇ ਜਾ ਕੇ ਅਬ ਪੂਰਾ ਜਿਹੜਾ ਹੈਗਾ ਉਹ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ ਜਾਏਗੀ ਆ ਦੇਖੋ ਬਿਲਕੁਲ ਗੌਰਵ ਜਿਹੜੀ ਸੀਸੀਟੀਵੀ ਫੁਟੇਜ ਤੁਸੀਂ ਦੇਖ ਰਹੇ ਹੋ ਇਹ ਰਾਤ ਦੀ ਹੈ ਇਹ ਇਨਾਂ ਹੀ ਵੱਲੋਂ ਪੂਰੀ ਜਿਹੜੀ ਇਹ ਗੋਲੀਆਂ ਚਲਾਈ ਗਈ ਸੀ ਜਿਹੜੀ ਹੁਣ ਤੱਕ ਦੀ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ ਹੈ ਕਿ ਰਾਤ ਨੂੰ ਜਿਹੜਾ ਟੋਲ ਪਲਾਜ਼ਾ ਕਰੀ 12 ਵਜੇ ਦੀ ਇਹ ਘਟਨਾ ਸੀਗਾ ਜਦੀ ਨਾਲ ਵੱਲੋਂ ਕੋਈ ਬਹਿਸਬਾਜੀ ਹੋਈ ਹੈ ਜਿਹੜੇ ਟੋਲ ਉੱਥੇ ਕਰਮਚਾਰੀ ਖੜੇ ਸੀਗੇ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਿਸੇ ਗੱਲ ਤੇ ਬਹਿਸਬਾਜੀ ਹੋਈ ਹੈ ਤੇ ਉਹਨਾਂ ਨੇ ਫਾਇਰਿੰਗ ਕੀਤੀ ਹੈ ਉਹ ਜਿਹੜਾ ਤੁਸੀਂ ਨਾਂ ਲੈ ਰਹੇ ਹੋ ਦੀਪਕ ਰਮਨ ਦੱਸਿਆ ਜਾ ਰਿਹਾ ਹੈ ਕਿ ਹਾਲਾਂਕਿ ਹੁ 30 ਮਿੰਟਾਂ ਦੇ ਵਿੱਚ ਸੀਨੀਅਰ ਅਫਸਰ ਇੱਥੇ ਮੌਕੇ ਤੇ ਪਹੁੰਚਾਂਗੇ ਲੇਕਿਨ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜੇ ਰਾਤ ਨੂੰ ਫਾਇਰਿੰਗ ਹੋਈ ਹੈ ਟੋਲ ਪਲਾਜ਼ਾ ਤੇ ਜਿਹੜੀ ਫਾਇਰਿੰਗ ਹੋਈ ਹੈ ਉਸ ਤੋਂ ਬਾਅਦ ਇੱਕ ਹੋਰ ਦੁਕਾਨਦਾਰ ਤੇ ਵੀ ਜਿਹੜੀ ਹੈਗੀ ਲੁੱਟ ਦੀ ਕੋਸ਼ਿਸ਼ ਕੀਤੀ ਗਈ ਹੈ ਉਹਦੇ ਵਿੱਚ ਦੋ ਜਿਹੜੇ ਹੈਗੇ ਗੈਂਗਸਟਰ ਦੱਸੇ ਜਾ ਰਹੇ ਨੇ ਐਸੋਸੀਏਟ ਦੱਸੇ ਜਾ ਰਹੇ ਨੇ ਜਿਨ੍ਹਾਂ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਔਰ ਉਹਦੇ ਵਿੱਚ ਇੱਕ ਇਹੀ ਦੱਸਿਆ ਜਾ ਰਿਹਾ ਜਿਹਨੂੰ ਕ੍ਰਾਸ ਫਾਇਰਿੰਗ ਦੇ ਵਿੱਚ ਗੋਲੀ ਵੱਜੀ ਹੋ ਜਿਹਨੇ ਪੁਲਿਸ ਨੇ ਆਪਰੇਸ਼ਨ ਕੀਤਾ ਇਹ ਬਹੁਤ ਅਹਿਮ ਹੋ ਜਾਂਦਾ ਹੈ ਗੌਰਵ ਦੇਖੋ ਜਿਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਤੁਸੀਂ ਭੱਜ ਜਿੱਤੇ ਤੁਸੀਂ ਸ਼ਾਮਿਲ ਹੋ ਤਾਂ ਇਹਦੇ ਵਿੱਚ ਕਿਸ ਤਰ੍ਹਾਂ ਦੀ ਐਕਟੀਵਿਟੀ ਰਹੀ ਹੈ ਕਿਤੇ ਕਹਿਣ ਤੇ ਸਾਰੀ ਇਹ ਚੀਜ਼ਾਂ ਹੋਈ ਹੈ ਤੁਹਾਡੇ ਕੋਲ ਅਸਲਾ ਕਿੱਥੋਂ ਆਇਆ ਔਰ ਕਿਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਹਦੇ ਵਿੱਚ ਪੂਰਾ ਬਰੀਫ ਕਰੂਗੀ ਲੇਕਿਨ ਥੋੜੀ ਦੇਰ ਪਹਿਲਾਂ ਜਿਹੜਾ ਇਨਕਾਊਂਟਰ ਹੋਇਆ ਜਿੱਥੇ ਅਸੀਂ ਮੌਜੂਦ ਹੈ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਇਹ ਜਿਹੜੇ ਗੈਂਗਸਟਰ ਨੇ ਇਹ ਜਿਹੜੇ ਗੈਂਗਸਟਰ ਦੇ ਐਸੋਸੀਏਟਸ ਨੇ ਆਖਿਰ ਇਹਨਾਂ ਤੋਂ ਇਹਨਾਂ ਨੂੰ ਪਿਸਟਲ ਕਿਨੇ ਮੁਹੱਈਆ ਕਰਾਈ ਜਿੰਦਾ ਕਾਰਤੂਸ ਇਹਨਾਂ ਨੇ ਇਹਨਾਂ ਨੂੰ ਕਿੰਨੇ ਮੁਹैया ਕਰਾਈ ਜਿਹੜੇ ਟੋਲ ਕਰਮੀ ਤੇ ਇਹਨਾਂ ਨੇ ਗੋਲੀਆਂ ਮਾਰੀ ਹੈ ਕਿਦੇ ਕਹਿਣ ਤੇ ਮਾਰੀ ਹੈ ਬਹਿਸਬਾਜੀ ਹੋਈ ਸੀ ਜਾਂ ਇਹ ਪੂਰਾ ਇਹ ਇਹਨਾਂ ਦਾ ਪੂਰਾ ਇੱਕ ਸਿਗਾ ਹੀ ਟਾਰਗੇਟ ਹੀ ਸੀ ਜਾਂ ਫਿਰ ਇੱਕ ਹੋਰ ਜਿਹੜਾ ਦੁਕਾਨਦਾਰ ਦੱਸਿਆ ਜਾ ਰਿਹਾ ਉਸ ਨੂੰ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਇਹਨੇ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਤਾਂ ਕੀਤੀ ਜਾ ਰਹੀ ਹੈ ਲੇਕਿਨ ਬਹੁਤ ਅਹਿਮ ਹੋ ਜਾਂਦਾ ਹੈ ਕਿ ਇਸ ਏਰੀਆ ਦੇ ਵਿੱਚ ਇਹ ਲੁਕੇ ਹੋਏ ਸੀਗੇ ਜਿੱਥੇ ਇਹ ਪੂਰਾ ਹੁਣ ਪੁਲਿਸ ਵੀ ਸਰਚ ਕਰਦੀ ਨਜ਼ਰ ਆ ਰਹੀਓ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਪੂਰਾ ਇਹ ਸਰਚ ਕਰਦੀ ਨਜ਼ਰ ਆ ਰਹੀ ਹੈ ਜਿਹੜਾ ਦੂਜਾ ਸਾਥੀ ਹੈ ਉਹ ਕਿੱਥੇ ਭੱਜਿਆ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਦੀ ਰਹੀ ਹੈ ਜਾਰੀ ਹੈ ਔਰ ਕੁਝ ਹੀ ਮਿੰਟਾਂ ਦੇ ਵਿੱਚ ਗੌਰਵ ਕੁਝ ਹੀ ਮਿੰਟਾਂ ਦੇ ਵਿੱਚ ਇਹ ਸੀਨੀਅਰ ਅਫਸਰ ਇੱਥੇ ਪਹੁੰਚेंगे ਐਸਪੀ ਜਿਹੜੇ ਪਟਿਆਲਾ ਨੇ ਉਹ ਇੱਥੇ ਪਹੁੰਚਣਗੇ ਉਹਨਾਂ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਕਿਉਂਕਿ ਹੁਣ ਕਿਸ ਤਰ੍ਹਾਂ ਦੇ ਸਰਕਮਸਟੈਂਸੀ ਰਹੀ ਕਿਸ ਤਰ੍ਹਾਂ ਦੀ ਚੀਜ਼ਾਂ ਰਹੀ ਕਿਸ ਤਰ੍ਹਾਂ ਦਾ ਇਹ ਆਪਰੇਸ਼ਨ ਹੋਇਆ ਔਰ ਪੁਲਿਸ ਕਿੰਨੀ ਪਹਿਲਾਂ ਜਿੱਤੋਂ ਇਹਦੇ ਪਿੱਛੇ ਸੀਗੀ ਰਾਤ ਦਾ ਇਹ ਪੂਰਾ ਵਾਕਿਆ ਉਸ ਤੋਂ ਬਾਅਦ ਲਗਾਤਾਰ ਪੁਲਿਸ ਇਹਨਾਂ ਦਾ ਪਿੱਛਾ ਕਰ ਰਹੀ ਸੀ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਹਦੇ ਵਿੱਚ ਜਾਣਕਾਰੀ ਦੇਊਗੀ ਲੇਕਿਨ ਇਹ ਪੂਰਾ ਮੌਕਾ ਹੈ ਇੱਕ ਕ੍ਰਾਈਮ ਸੀਨ ਹੈ ਜਿੱਥੇ ਸਾਰੇ ਆਫੀਸਰ ਖੜੇ ਹੋਏ ਨੇ ਜਿੱਥੇ ਉਹਨੂੰ ਫਰ ਕ੍ਰਾਸ ਫਾਇਰਿੰਗ ਹੋਈ ਹੈ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਕਿਉਂਕਿ ਪੁਲ ਦੇ ਜਿੱਦਾਂ ਪੁਲਿਸ ਤੇ ਦੋਨੋਂ ਪਾਸੇ ਗੱਡੀਆਂ ਜਿਹੜੀ ਹੈਗੀ ਉਹ ਫਸਾ ਦਿੱਤੀ ਗਈ ਸੀ ਔਰ ਉਹਨੂੰ ਸਰੈਂਡਰ ਕਰਨ ਵਾਸਤੇ ਕਿਹਾ ਸੀਗਾ ਜਿਹੜੀ ਜਾਣਕਾਰੀ ਪੁਲਿਸ ਨੇ ਦਿੱਤੀ ਹੈ ਲੇਕਿਨ ਉਸਨੇ ਛਾਲ ਮਾਰ ਕੇ ਉੱਥੇ ਭੱਜਣ ਦੀ ਕੋਸ਼ਿਸ਼ ਕੀਤੀ ਜਿੱਥੇ ਪੁਲਿਸ ਖੜੀ ਹੈ ਔਰ ਉਸ ਤੋਂ ਬਾਅਦ ਉਸਨੇ ਪੁਲਿਸ ਤੇ ਫਾਇਰ ਕੀਤਾ ਜਿਹੜੀ ਪੁਲਿਸ ਵਾਲੋ ਜਾਣਕਾਰੀ ਦਿੱਤੀ ਗਈ ਔਰ ਉਸ ਤੋਂ ਬਾਅਦ ਜਦ ਪੁਲਿਸ ਤੇ ਫਾਇਰ ਕੀਤਾ ਤਾਂ ਜਵਾਬੀ ਫਾਇਰ ਦੇ ਵਿੱਚ ਪੁਲਿਸ ਨੇ ਗੋਲੀ ਚਲਾਈ ਔਰ ਇਹਦੇ ਪੈਰ ਤੇ ਗੋਲੀ ਵੱਜੀ ਹੈ ਜਿਹੜੀ ਹੁਣ ਤੱਕ ਦੀ ਜਾਣਕਾਰੀ ਹਾਲਾਂਕਿ ਉਹ ਹੈ ਸਟੇਬਲ ਹੈ ਉਹਦਾ ਟ੍ਰੀਟਮੈਂਟ ਜਿਹੜਾ ਹੈ ਉਹ ਕਰਾ ਕੇ ਹੁਣ ਉਸ ਤੋਂ ਪੁੱਛਗਿੱਛ ਕੀਤੀ ਜਾਏਗੀ ਕਿ ਇਹਦੇ ਜਿਹੜੇ ਦੂਜੇ ਸਾਥੀ ਹੈ ਉਹ ਕਿੱਥੇ ਨੇ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਛੀ ਦੇਰ ਤੱਕ ਪੂਰੇ ਸੀਨੀਅਰ ਅਫਸਰ ਜਿਹੜੇ ਆ ਉਹ ਪੂਰਾ ਇਹਦੇ ਵਿੱਚ ਬਰੀਫ ਕਰਨਗੇ ਔਰ ਸੀਸੀਟੀਵੀ ਫੁਟੇਜ ਜਿਹੜੀ ਤੁਸੀਂ ਸੀਸੀਟੀਵੀ ਫੁਟੇਜ ਦਾ ਵੀ ਜ਼ਿਕਰ ਕੀਤਾ ਸੀਸੀਟੀਵੀ ਫੁਟੇਜ ਇਹਦੇ ਵਿੱਚ ਬਹੁਤ ਅਹਿਮ ਹੋ ਜਾਂਦੀ ਹੈ ਜਿਹਦਾ ਕਲੂ ਪੁਲਿਸ ਨੂੰ ਮਿਲਿਆ ਸੀਗਾ ਔਰ ਪੁਲਿਸ ਨੇ ਇਸੇ ਕਲੂ ਦੇ ਆਧਾਰ ਤੇ ਹਿਊਮਨ ਇੰਟੈਲੀਜੈਂਸ ਦੀ ਅਸੀਂ ਗੱਲ ਕਰ ਲਈਏ ਜਾਂ ਫਿਰ ਟੈਕਨੀਕਲੀ ਜਿਹੜੀ ਉਹਦੇ ਚ ਇੰਟੈਲੀਜੈਂਸ ਦੀ ਗੱਲ ਕਰ ਲਈਏ ਉਹਦੇ ਪਿੱਛੇ ਹੁਣ ਪੂਰਾ ਲਗਾਤਾਰ ਇਹ ਇਹਨਾਂ ਦੇ ਪਿੱਛੇ ਲੱਗੀ ਹੋਈ ਸੀ ਔਰ ਪੁਲਿਸ ਨੂੰ ਇੱਕ ਟਿਪ ਆਫ ਸੀ ਕਿ ਇਸ ਏਰੀਆ ਦੇ ਵਿੱਚ ਕਿਉਂਕਿ ਬਹੁਤ ਇੰਪੋਰਟੈਂਟ ਹੋ ਜਾਂਦਾ ਕਿ ਪੂਰਾ ਖਾਲੀ ਏਰੀਆ ਹੈ ਅਗੋਰਵ ਪਰ ਖਾਲੀ ਏਰੀਆ ਹੋਣ ਕਰਕੇ ਇਹਨਾਂ ਨੂੰ ਬੈਨੀਫਿਟ ਹੋ ਜਾਂਦਾ ਕਿ ਆਰਾਮ ਨਾਲ ਪਾਸ ਸਕਦੇ ਆ ਫਿਰ ਦੂਰੋਂ ਜੇਕਰ ਕੋਈ ਪੁਲਿਸ ਦੀ ਗੱਡੀ ਆ ਰਹੀ ਹੈ ਤਾਂ ਫਿਰ ਆਰਾਮ ਨਾਲ ਤੁਸੀਂ ਲੁਕ ਸਕਦੇ ਹੋ ਕਿਉਂਕਿ ਇੱਥੇ ਕਾਫੀ ਜੰਗਲ ਏਰੀਆ ਵੀ ਹੈ ਇਸ ਕਰਕੇ ਇਸ ਥਾਂ ਦਾ ਏਰੀਆ ਜ਼ਿਆਦਾਤਰ ਜਿਹੜੇ ਗੈਂਗਸਟਰ ਨੇ ਜਾਂ ਫਿਰ ਜਿਹੜੇ ਬੈਡ ਅਨਸਰ ਨੇ ਇਸੇ ਏਰੀਆ ਦਾ ਜਿਆਦਾ ਇਸਤੇਮਾਲ ਕਰਦੇ ਆ ਯਾਨੀ ਕਿ ਕਹਿ ਸਕਦੇ ਕਿ ਲੁਕਣ ਵਾਸਤੇ ਜਾਂ ਫਿਰ ਜੇਕਰ ਕੋਈ ਪੁਲਿਸ ਆ ਰਹੀ ਹੈ ਤਾਂ ਦੂਰੋਂ ਦੇਖ ਲਿਆ ਤਾਂ ਤੁਸੀਂ ਆਮ ਨਾਲ ਜਿਹੜਾ ਹੈ ਉੱਥੇ ਆ ਕੇ ਲੁਕ ਗਏ ਤਾਂ ਬਹੁਤ ਸਾਰੀ ਚੀਜ਼ਾਂ ਨੇ ਜਿਸ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਹੈ ਔਰ ਸੀਸੀਟੀਵੀ ਜਿਹੜੀ ਤੁਸੀਂ ਦੇਖ ਰਹੇ ਹੋ ਕਿ ਸੀਸੀਟੀਵੀ ਦੇ ਆਧਾਰ ਤੇ ਵੀ ਪੁਲਿਸ ਲਗਾਤਾਰੀ ਦੇ ਵਿੱਚ ਕੰਮ ਕਰ ਰਹੀ ਸੀ ਔਰ ਉਹਨਾਂ ਦੇ ਹੀ ਪੂਰਾ ਜਿਹੜਾ ਹੈਗਾ ਕੀਤਾ ਗਿਆ ਸੀਗਾ ਜਿਸ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਜੁੜੀ ਕਿ ਹਾਲਾਂਕਿ ਇਸ ਤੋਂ ਇਲਾਵਾ ਆਸ-ਪਾਸ ਦੇ ਏਰੀਆ ਦੀ ਵੀ ਪੂਰੀ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਪੂਰਾ ਇਹ ਇਸ ਏਰੀਆ ਨੂੰ ਕੋਰਡਨੋਫ ਕਰਕੇ ਇਸ ਪੂਰੇ ਏਰੀਆ ਦੀ ਜਿਹੜੀ ਹੈ ਉਹ ਸਰਚ ਕੀਤੀ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਦੂਜਾ ਜਿਹੜਾ ਸਾਥੀ ਹੈ ਉਹ ਤਾਂ ਨਹੀਂ ਕਿਤੇ ਲੁਕਿਆ ਹੋਇਆ ਇਸ ਕਰਕੇ ਪੂਰਾ ਪੁਲਿਸ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਜੁਟ ਗਈ ਔਰ ਕੁਝ ਹੀ ਕਹਿ ਸਕਦੇ ਕਿ ਕੁਝ ਹੀ ਮਿੰਟਾ ਦੇ ਵੀ ਸੀਨੀਅਰ ਅਫਸਰ ਇੱਥੇ ਪਹੁੰਚਣਗੇ ਤੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਪੂਰਾ ਇਹ ਕਿਸ ਗੈਂਗ ਦੇ ਨੇ ਕਿਸ ਤਰ੍ਹਾਂ ਦੀ ਇਹਨਾਂ ਦੀ ਮੋਡਸ ਆਪਰੇਂਡੀ ਸੀ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਜਿਹੜੀ ਹੈ ਪੁੱਛਗਿੱਛ ਕੀਤੀ ਜਾਏਗੀ